अज 20 अगस्त नूं पटियाला जिले दे विच कोविड दी की स्थिति है उहदे बारे जानकारी दे रहे ने सिविल सर्जन पटियाला डॉक्टर हरीश मल्होत्रा जी। अज सानूं 1900 सैंपल्स दी रिपोर्ट प्राप्त हुई है ते उहनां चों 164 सैंपल पॉजिटिव आए ने, जिस नाल पॉजिटिव केसां दी गिनती जिले 4411 हो गई है। दूजी तरफ मिशन फतेह दे अंतर्गत भी सानूं कामयाबी मिली है, 98 केस होर ठीक होके डिस्चार्ज कर दिते गए ने, जिस नाल कुल ठीक होने वाले केसां दी गिनती 2856 है। अनफॉर्चुनेटली 98 डैथ भी हैं ते एक्टिव केसां दी गिनती 1457 है। जिहड़े 164 केस सानूं मिले हैं उन्हां चों 83 पटियाला शहर चों, 21 राजपुरा, 25 नाभा, 12 समाना ते 23 वख-वख पिंडां तों मिले ने। ते इह जिहड़े हैगे 23 पॉजिटिव केस है जिहड़े इह ਪਰਕ ਚਾਣ ਵਾਲੇ ਟਰੇਸਿੰਗ ਦੇ ਦੌਰਾਨ ਆ, 141 ਜਿਹੜੇ ਆ ਕੰਟੇਨਮੈਂਟ ਜ਼ੋਨ ਆਦਿ ਤੋਂ ਮਿਲੇ ਨੇ, 4 ਸਿਹਤ ਕਰਮੀ ਅਤੇ 10 ਪੁਲਿਸ ਕਰਮੀ ਵੀ ਅੱਜ ਪ੍ਰਭਾਵਿਤ ਹੋਏ ਨੇ। ਤੇ ਉਸ ਤੋਂ ਇਲਾਵਾ ਅੱਜ ਅਸੀਂ 2 ਨਵੀਆਂ ਮਾਈਕਰੋ ਕੰਟੇਨਮੈਂਟ ਜ਼ੋਨਸ ਲਾਗੂ ਕਰੀਆਂ ਨੇ, ਰਣਜੀਤ ਨਗਰ ਏ ਬਲਾਕ ਤੇ ਰੋਜ਼ ਐਵਨਿਊ 'ਚ, ਅਤੇ 3 ਮਾਈਕਰੋ ਕੰਟੇਨਮੈਂਟ ਜ਼ੋਨਸ ਸਮਾਂ ਪੂਰਾ ਹੋਣ ਤੋਂ ਬਾਅਦ ਗਾਈਡਲਾਈਨ ਮੁਤਾਬਕ ਹਟਾ ਦਿੱਤੀਆਂ ਗਈਆਂ, ਜਿਨ੍ਹਾਂ 'ਚ ਨਿਊ ਬਸਤੀ ਨਾਭਾ, MIG ਫਲੈਟਸ ਫੇਜ਼ 1 ਔਰ ਮਾਰਕਲ ਕਾਲੋਨੀ। ਇਸ ਤੋਂ ਇਲਾਵਾ ਅੱਜ ਅਸੀਂ 2300 ਸੈਂਪਲ ਹੋਰ ਲਏ ਨੇ ਲਗਾਤਾਰਤਾ 'ਚ। ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਸੈਂਪਲਿੰਗ ਦੀ, ਅਤੇ ਸਾਡੇ ਕੋਈ 2600 ਰਿਜ਼ਲਟਸ ਲਈ ਆਉਣੇ ਰਹਿ ਜਾਣਗੇ। 66658 ਕੁੱਲ ਸੈਂਪਲ ਅੱਜ ਦੀ ਡੇਟ ਤੱਕ ਅਸੀਂ ਲੈ ਚੁੱਕੇ ਹਾਂ ਅਤੇ 4411 ਪੋਜ਼ਿਟਿਵ ਆਏ ਨੇ ਅਤੇ ਅੱਜ 5 ਟੈਸਟ ਵੀ ਹੋਏ ਆ। ਅਨਫੋਰਚੁਨੇਟਲੀ ਮੈਂ ਇੱਕ ਵਾਰ ਫੇਰ ਪਟਿਆਲਾ ਵਾਸੀਆਂ ਨੂੰ ਅਪੀਲ ਕਰਾਂਗਾ, ਜਿਨ੍ਹਾਂ 'ਚ ਕੌਂਸਲਰ ਸਾਹਿਬਾਨ ਹੈ, ਕਿ ਆਪਣੇ ਆਪਣੇ ਵਾਰਡਸ 'ਚ ਵੀ ਧਿਆਨ ਰੱਖੋ। ਅਗਰ ਕੋਈ ਨਾ ਫਲੂ ਲਾਈਕ ਲੱਛਣਾਂ ਵਾਲਾ ਮਰੀਜ਼ ਹੈ ਤੁਰੰਤ ਹੈਲਥ ਫੈਸਿਲਿਟੀ ਕੋਲ ਭੇਜੋ, ਤਾਂ ਕਿ ਸਮਾਂ ਖੁੰਝੇ ਨਾ ਸਾਡਾ ਇਲਾਜ ਤੋਂ। ਬਗੈਰ ਸਮਾਂ ਖੁੰਝੇ ਅਸੀਂ ਹੈਲਥ ਫੈਸਿਲਿਟੀ 'ਚ ਪਹੁੰਚੀਏ ਅਤੇ ਸਮੇਂ ਸਿਰ ਆਪਣਾ ਇਲਾਜ ਕਰਾਈਏ, ਤਾਂ ਕਿ ਅਸੀਂ ਜਿਹੜੀ ਇਹ ਨੁਕਸਾਨ ਦੀ ਧਾਰਾ ਇਹਨੂੰ ਹੋਰ ਨੀਚੇ ਲਿਆਈਏ। ਸਰਕਾਰ ਪੂਰਾ ਯਤਨ ਕਰ ਰਹੀ ਹੈ, ਪੂਰੀ ਸੁਵਿਧਾਵਾਂ ਉਪਲਬਧ ਨੇ ਅਤੇ ਤੁਹਾਡੇ ਮਾਹਰ ਡਾਕਟਰ ਤੁਹਾਡੀ ਸੇਵਾ ਲਈ ਹਾਜ਼ਰ ਨੇ। ਔਰ ਜਨਤਾ ਨੂੰ ਵੀ ਅਪੀਲ ਕਰਾਂਗਾ ਕਿ ਘਰਾਂ 'ਚ ਸੈਲਫ ਮੈਡੀਕੇਸ਼ਨ ਬਿਲਕੁਲ ਨਾ ਕਰੋ, ਕਾਇੰਡਲੀ ਬੀ ਕੇਅਰਫੁਲ। ਔਰ ਜਿਹੜੀਆਂ ਅਲਾਮਤਾਂ ਹੈ ਸਰਕਾਰ ਵੱਲੋਂ ਜਾਰੀ ਡੇਂਗੂ ਬਾਰੇ ਵੀ ਔਰ ਕੋਵਿਡ ਬਾਰੇ ਵੀ, ਉਹਨਾਂ ਨੂੰ ਫੋਲੋ ਕਰੋ, ਤਾਂ ਕਿ ਆਪਾਂ ਇਸ 'ਤੇ ਜਿੱਤ ਪ੍ਰਾਪਤ ਕਰ ਸਕੀਏ।